ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਅਖਬਾਰੀ ਸਾਥ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਬਠਿੰਡੇ ਦਾ ਦਾਦੀ ਪੋਤੀ ਪਾਰਕ, ਸੰਗੀ ਸਾਥੀ ਸਾਰੇ ਸਾਥ ਵਾਲੇ, ਅਤੇ 29 ਨਵੰਬਰ ਹੈ। ਥੋੜ੍ਹਾ ਠੰਡਕ ਜਿਹੜੀ ਹੈ ਉਹ ਹੁਣ ਨਵੀਂ ਜੀ ਜਿਹੜੀ ਹੈ ਹਵਾ ਦੇ ਵਿੱਚ ਆ ਗਈ ਹੈ, ਅਤੇ ਥੋੜ੍ਹਾ ਜਿਹਾ ਅਸੀਂ ਸਾਥ ਦਾ ਟਾਈਮ ਹੈ ਜਿਹੜਾ ਉਹ ਵੀ ਥੋੜ੍ਹਾ ਚੇਂਜ ਕਰਤਾ। ਚੰਗੀ ਗੱਲ ਹੈ, ਸਾਰੇ ਜਣੇ ਬੈਠਦੇ ਤਾਂ ਹਾਂ ਰਲ ਮਿਲ ਕੇ, ਇੰਨਾ ਹੀ ਬਹੁਤ ਹੁੰਦਾ ਕਿ ਤੁਸੀਂ ਬੈਠ ਕੇ ਗੱਲਾਂ ਬਾਤਾਂ ਕਰੋ, ਸਾਂਝ ਪਾਓ, ਮਿੱਤਰਤਾ ਵਧਾਓ, ਕੁਛ ਸਿੱਖੋ ਅਤੇ ਕੁਛ ਸਿਖਾਓ, ਕੁਛ ਚਰਚਾ ਕਰੋ। ਇਸ ਤਰੀਕੇ ਨਾਲ ਜਦੋਂ ਅਸੀਂ ਬੈਠਦੇ ਹਾਂ ਤਾਂ ਕੁਛ ਨਾ ਕੁਛ ਅਸੀਂ ਸਿੱਖ ਕੇ ਜ਼ਰੂਰ ਜਾਂਦੇ ਹਾਂ। ਕੋਸ਼ਿਸ਼ ਇਹ ਕਰੀਏ ਕਿ ਚੰਗਾ ਕੁਛ ਸਿੱਖੀਏ। ਸਭ ਤੋਂ ਪਹਿਲਾਂ ਤਾਂ ਮੇਰੀ ਰਿਕੁਐਸਟ ਇਹ ਹੈ ਦਾਦੀ ਪੋਤੀ ਪਾਰਕ, ਖਾਸ ਕਰ, ਵੈਸੇ ਤਾਂ ਸਾਰਿਆਂ ਵਾਸਤੇ ਹੀ ਹੈ ਪਰ ਖਾਸ ਕਰਕੇ ਦਾਦੀ ਪੋਤੀ ਪਾਰਕ 'ਚ ਜਿਹੜੇ ਬੱਚੇ ਜਨਮ ਦਿਨ ਮਨਾਉਣ ਆਉਂਦੇ ਨੇ, ਜੁਗ ਜੁਗ ਮਨਾਓ, ਖੁਸ਼ੀਆਂ ਮਾਣੋ। ਪਰ ਤੁਹਾਨੂੰ ਸਾਰਿਆਂ ਨੂੰ ਇੱਕ ਰਿਕੁਐਸਟ ਇਹ ਹੈ ਵੀ ਤੁਸੀਂ ਦਾਦੀ ਪੋਤੀ ਪਾਰਕ 'ਚ ਆਉਂਦੇ ਹੋ, ਆਪਣਾ ਜਨਮ ਦਿਨ ਮਨਾਉਂਦੇ ਹੋ, ਕਮ ਸੇ ਕਮ ਗੰਦ ਨਾ ਪਾ ਕੇ ਜਾਓ। ਅਸੀਂ ਦੇਖਦੇ ਹਾਂ ਉਹ ਜਿਹੜੇ ਡੱਬੇ ਨੇ ਉਹ ਕਿਤੇ ਵਗਾ ਮਾਰੇ ਹੋਏ ਨੇ, ਜੇ ਤੁਸੀਂ ਪੈਟੀਜ਼ ਖਾਧੀਆਂ ਉਹ ਜਿਹੜੀਆਂ ਡਿਸਪੋਜ਼ਲ ਆ ਉਹਦੇ 'ਚ ਤੁਸੀਂ ਨਹੀਂ ਪਾਉਂਦੇ। ਤਾਂ ਬੇਟਾ ਜੀ, ਰੱਬ ਤੁਹਾਨੂੰ ਜਵਾਨੀਆਂ ਬਖਸ਼ੇ, ਉਮਰਾਂ ਲੰਬੀਆਂ ਕਰੇ ਤੁਹਾਡੀਆਂ, ਸਾਡੀਆਂ ਉਮਰਾਂ ਵੀ ਤੁਹਾਨੂੰ ਲੱਗ ਜਾਣ। ਪਰ ਬੇਨਤੀ ਇਹ ਹੈ ਪੁੱਤਰ, ਤੁਸੀਂ ਜਦੋਂ ਵੀ ਦਾਦੀ ਪੋਤੀ ਪਾਰਕ 'ਚ ਆਪਣਾ ਜਨਮ ਦਿਨ ਮਨਾਉਣ ਆਉਂਦੇ ਹੋ ਜਾਂ ਕਿਸੇ ਪਾਸੇ ਵੀ ਮਨਾਉਣ ਜਾਂਦੇ ਹੋ, ਤਾਂ ਜੋ ਉਹ ਥੋੜ੍ਹਾ ਬਹੁਤਾ ਲਿਫਾਫਾ ਬਚਦਾ ਜਾਂ ਆਪਾਂ ਕਹਿ ਲਈਏ ਸੌਸ ਦੇ ਪੈਕਟ ਬਚਦੇ ਨੇ, ਉਹਨਾਂ ਨੂੰ ਇੱਕ ਲਿਫਾਫੇ 'ਚ ਪਾਓ, ਉਹਨੂੰ ਡਸਟਬਿਨ 'ਚ ਪਾ ਦਿਓ ਪੁੱਤਰ ਜੀ, ਤਾਂ ਅਗਾਂਹ ਜਾ ਕੇ ਇਹ ਤੁਹਾਨੂੰ ਚੀਜ਼ਾਂ ਬਹੁਤ ਹੋਰ ਸਿਖਾਉਣਗੀਆਂ। ਕੋਸ਼ਿਸ਼ ਕਰੋ, ਸਾਡਾ ਫਰਜ਼ ਹੈ ਵੱਡੇ ਹਾਂ ਤੁਹਾਨੂੰ ਕਹਿਣ ਦਾ, ਅਤੇ ਖਾਸ ਕਰ ਜਿਹੜੇ ਵੱਡੇ ਵੀ ਇੱਥੇ ਜੇ ਕੁਛ ਕਰਦੇ ਨੇ ਤਾਂ ਉਹ ਵੀ ਇਸ ਗੱਲ ਦਾ ਧਿਆਨ ਰੱਖਣ ਵੀ ਆਪਾਂ ਆਪ ਹੀ ਕੋਸ਼ਿਸ਼ ਕਰੀਏ ਵੀ ਆਪਣੀ ਸਵੱਛਤਾ ਜਿਹੜੀ ਸਾਡੇ ਨੇੜੇ ਤੇੜੇ ਆਵੇ। ਤਾਂ ਸਵੱਛਤਾ ਹੋਰ ਕਿਸ ਤਰੀਕੇ ਦੀ ਜਿਹੜੀ ਹੈ ਆਉਣੀ ਚਾਹੀਦੀ ਹੈ ਹਰਪਾਲ ਜੀ, ਮੈਂ ਤੁਹਾਨੂੰ ਤਾਰੁਫ ਕਰਵਾਉਣਾ ਸਾਰਿਆਂ ਦਾ ਭੁੱਲ ਗਿਆ, ਕਿਉਂਕਿ ਤਾਰੁਫ ਕਰਵਾਉਣਾ ਜਿਹੜਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਜਦੋਂ ਵੀ ਦਰਸ਼ਕ ਸਾਡਾ ਪ੍ਰੋਗਰਾਮ ਦੇਖਦੇ ਨੇ ਤਾਂ ਪਤਾ ਹੋਣਾ ਚਾਹੀਦਾ ਵੀ ਯਾਰ ਵੀ ਕਿਹੜਾ ਬੰਦਾ ਕੌਣ ਬੋਲ ਰਿਹਾ। ਤਾਂ ਸਭ ਤੋਂ ਪਹਿਲਾਂ ਮੇਰੇ ਸੱਜੇ ਪਾਸੇ ਰਸਵੀਰ ਸਿੰਘ ਜੀ, ਉਪਲੀ ਸਾਹਿਬ, ਜਗਸੀਰ ਸਿੰਘ ਜੀ, ਮਾਣਕੋ ਮਾਣਕ ਖਾਨਾ, ਮਾਣਕ ਖਾਨਾ ਪਿੰਡ ਜਿਹੜਾ ਉੱਥੋਂ ਦੀ ਇਹਨਾਂ ਦੀ ਬੇਟੀ ਸਰਪੰਚ ਵੀ ਹੈ ਅਤੇ ਛੋਟੀ ਉਮਰ ਦੀ, ਸਭ ਤੋਂ ਛੋਟੀ ਉਮਰ ਦੀ ਬੇਟੀ ਹੈ ਜਿਹੜੀ ਉੱਥੋਂ ਦੀ ਸਰਪੰਚ ਹੈ। ਇਹ ਸਾਡੇ MC ਸਾਹਿਬ ਨੇ, ਇਹ ਢਿੱਲੋਂ ਸਾਹਿਬ, ਹਰਪਾਲ ਸਿੰਘ ਜੀ, ਸਿਕੰਦਰ ਸਿੰਘ ਜੀ, ਸਰਦਾਰ ਹਮੀਰ ਸਿੰਘ ਜੀ, ਸਤਿੰਦਰ ਸਿੰਘ ਜੀ, ਸਾਡੇ ਗੁਰਮੇਲ ਸਿੰਘ ਜੀ ਸਰਪੰਚ ਸਾਹਿਬ, ਅਤੇ ਗਿੱਲ ਸਾਹਿਬ ਸਾਡੇ ਗੁਰਜੀਤ ਸਿੰਘ, ਅਤੇ ਮੈਂ ਤੁਹਾਡਾ ਦੋਸਤ ਸ਼ਮਿੰਦਰ ਸਿੰਘ। ਤਾਂ ਸਾਰੇ ਰਲ ਮਿਲ ਕੇ ਚਰਚਾ ਕਰਾਂਗੇ। ਤਾਂ ਸਭ ਤੋਂ ਪਹਿਲਾਂ ਜਿਹੜੀ ਚਰਚਾ ਬਣਦੀ ਹੈ ਉਹ ਪੁੱਛਦੇ ਇਹਨਾਂ ਨੂੰ ਵੀ ਕਿਹੜੀ ਖਬਰ 'ਤੇ ਬਣਦੀ ਹੈ। ਦੇਖੋ ਸ਼ਮਿੰਦਰ ਸਿੰਘ ਜੀ, ਪਹਿਲਾਂ ਆਪਾਂ ਸਾਰੇ ਸ਼ਹਿਰ ਦੇ ਮਸਲੇ ਉਹ ਕਰਦੇ ਰਹਿੰਦੇ ਹਾਂ, ਉਹਨਾਂ 'ਤੇ ਡਿਸਕਸ ਕਰਦੇ ਹਾਂ, ਵਿਚਾਰਾਂ ਕਰਦੇ ਹਾਂ। ਆਹ ਤੁਸੀਂ ਬੜਾ ਵਧੀਆ ਕੀਤਾ, ਜਿਸ ਤਰ੍ਹਾਂ ਆਪਾਂ ਉਹ ਸਾਹਮਣੇ ਅੱਜ ਬੈਂਚਾਂ 'ਤੇ ਬੈਠਣ ਲਈ ਉੱਥੇ ਗਏ, ਜਿੰਨੇ ਵੀ ਲੋਕ ਉੱਥੇ ਸਵੇਰ ਦੇ ਜਾ ਰਹੇ ਉਹ ਦੇਖ ਕੇ ਉਹ ਹਾਲਾਤਾਂ ਨੂੰ ਬਾਸ ਮੁੜੇ ਆਉਂਦੇ, ਅਤੇ ਉੱਥੇ ਬੜਾ ਆਪਾਂ ਦੇਖਿਆ ਵੀ ਉਹਨਾਂ ਨੇ ਬੱਚਿਆਂ ਨੇ ਕੇਕ ਕੱਟਿਆ ਹੋਊਗਾ, ਚਲੋ ਮੁਬਾਰਕਾਂ ਹੋਣ ਕੇਕ ਕੱਟਣ ਵਾਲਿਆਂ ਨੂੰ ਬਹੁਤ ਬਹੁਤ। ਅਤੇ ਉਹ ਜਿਸ ਤਰ੍ਹਾਂ ਬੁਰਾ ਹਾਲ ਬੈਂਚ ਗੰਦੇ ਕੀਤੇ ਹੋਏ ਆ, ਉੱਥੇ ਸਿਆਣੇ ਸੀਨੀਅਰ ਸਿਟੀਜ਼ਨ ਵੀ ਬੈਠਦੇ ਆ, ਅਤੇ ਬੜੀ ਮਾੜੀ ਗੱਲ ਆ। ਇਹਦੇ ਨਾਲ ਨਾ ਪਾਰਕ ਦੇ ਵਿੱਚ ਕਈ ਥਾਂ ਬੱਚੇ ਆਪਦਾ ਉਹ ਕਰਦੇ ਆ ਕਿ ਬਰਥਡੇ ਮਨਾਉਂਦੇ ਜਾਂ ਪਾਰਟੀ ਸੈਲੀਬ੍ਰੇਟ ਕਰਦੇ ਆ, ਸਕੂਲਾਂ ਵਾਲੇ ਵੀ ਬੱਚਿਆਂ ਨੂੰ ਲੈ ਕੇ ਆਉਂਦੇ ਆ, ਅਤੇ ਉਹ ਜਿਹੜਾ ਆਪਦੀ ਜ਼ਿੰਮੇਵਾਰੀ ਨਹੀਂ ਸਮਝਦੇ, ਉਹ ਜਿਹੜਾ ਮਗਰੋਂ ਬਚਿਆ ਹੋਇਆ ਮਟੀਰੀਅਲ ਹੁੰਦਾ ਜਾਂ ਆਪਾਂ ਕਹਿੰਦੇ ਕੂੜਾ ਕਰਕਟ ਉੱਥੇ ਸਿੱਟ ਜਾਂਦੇ, ਉਹਨਾਂ ਨੂੰ ਇਹਦੀ ਪੂਰੀ ਜ਼ਿੰਮੇਵਾਰੀ ਨਾ, ਹਰ ਥਾਂ ਡਸਟਬਿਨ ਲੱਗੇ ਹੋਏ ਆ, ਅਤੇ ਪਾਰਕ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਬੜਾ ਵਧੀਆ ਢੰਗ ਨਾਲ ਸੁਚਾਰੂ ਢੰਗ ਨਾਲ ਇਹਦਾ ਉਹ ਪ੍ਰਬੰਧ ਕਰਦੀ ਆ, ਉਹਨਾਂ ਨੂੰ ਚਾਹੀਦਾ ਉਹ ਉਹਨੂੰ ਡਸਟਬਿਨ ਦੇ ਵਿੱਚ ਇਹਨਾਂ ਨੂੰ ਜ਼ਰੂਰ ਹੋਊਗਾ। ਬਿਲਕੁਲ,
ਕਿਹੜੀ ਖਬਰ ਵੱਲ ਕਿਸੇ ਦੇ ਮੈਂ ਤੁਹਾਨੂੰ ਇਹ ਦੱਸਾਂ ਵੀ ਚਲੋ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ, ਕਿਹੜੀ ਖਬਰ ਪੜ੍ਹ ਰਹੇ ਹੋ ਤੁਸੀਂ? ਮਹਾਰਾਸ਼ਟਰ ਸਰਕਾਰ ਬਣੀ ਆ, ਉਹਨਾਂ ਨੇ ਤਿੰਨ ਫੈਸਲੇ ਬਹੁਤ ਵਧੀਆ ਕੀਤੇ ਆ। ਇੱਕ ਤੋਂ 1 ਰੁਪਏ 'ਚ ਮੈਡੀਕਲ, 10 ਰੁਪਏ 'ਚ ਖਾਣਾ ਅਤੇ ਕਿਸਾਨਾਂ ਦਾ ਕਰਜ਼ਾ। ਬਹੁਤ ਵਧੀਆ ਧਿਆਨ ਉਹਨਾਂ ਨੇ ਮਹਾਰਾਸ਼ਟਰ ਦੀ ਸਰਕਾਰ ਨੇ ਕਿਸਾਨਾਂ ਵੱਲ ਦਿੱਤਾ, ਵਧਾਈ ਦੇ ਪੱਤਰ। ਬਿਲਕੁਲ ਉਹੀ ਜਿਹੜੀ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਵੀ ਜਦੋਂ ਤੁਸੀਂ ਕਿਸਾਨ, ਇੱਕ ਪਾਸੇ ਤਾਂ ਤੁਸੀਂ ਇਹ ਕਹਿੰਦੇ ਵੀ ਕਿਸਾਨ ਸਾਡੇ ਅੰਨਦਾਤਾ ਆ, ਸਾਨੂੰ ਅੰਨ ਪ੍ਰੋਵਾਈਡ ਕਰਦੇ ਨੇ, ਕਿਸਾਨ ਖੇਤੀ ਕਰਦਾ ਤਾਂ ਸਾਡਾ ਢਿੱਡ ਭਰਦਾ, ਅਤੇ ਕਈ ਵਾਰੀ ਉਹੀ ਕਿਸਾਨ ਖਾਲੀ ਢਿੱਡ ਸੌਂ ਜਾਂਦਾ, ਕਈ ਵਾਰੀ ਉਸੇ ਢਿੱਡ ਦੀ ਅੱਗ ਬੁਝਾਉਣ ਦੀ ਖਾਤਰ ਉਹ ਆਪਣੀ ਗੱਲ 'ਚ ਫਾਹਾ ਲੈ ਲੈਂਦਾ। ਤਾਂ ਸਾਡੀਆਂ ਸਰਕਾਰਾਂ ਨੂੰ ਵੀ ਇਹ ਚਾਹੀਦਾ ਕਿ ਇਸ ਤਰੀਕੇ ਦੇ ਕੁਛ ਰੂਲਸ ਬਣਾਏ ਜਾਣ, ਇਸ ਤਰ੍ਹਾਂ ਦਾ ਇੱਕ ਸਿਸਟਮ ਬਣਾਇਆ ਜਾਵੇ। ਸਾਨੂੰ ਸਿੱਖ ਲੈਣਾ ਚਾਹੀਦਾ, ਜੇ ਸਾਨੂੰ ਆਪ ਨੂੰ ਨਹੀਂ ਪਤਾ ਲੱਗਦਾ, ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਆਦਮੀ ਬਹੁਤ ਜ਼ਿਆਦਾ ਸਿਆਣਾ ਹੁੰਦਾ, ਤਾਂ ਨੇੜੇ ਤੇੜੇ ਉਹ ਬੰਦਾ ਦੇਖ ਕੇ ਸਿੱਖ ਜਾਂਦਾ ਵੀ ਯਾਰ ਚਲੋ ਅੱਛਾ ਇਹ ਤਾਂ ਬਹੁਤ ਅੱਛਾ ਇਹਨਾਂ ਨੇ ਕੰਮ ਕੀਤਾ, ਅਤੇ ਸਾਨੂੰ ਵੀ ਇੱਦਾਂ ਦਾ ਜਿਹੜਾ ਕੰਮ ਹੈ ਉਹ ਕਰ ਲੈਣਾ ਚਾਹੀਦਾ। ਸਰਦਾਰ ਸਿਕੰਦਰ ਸਿੰਘ ਜੀ ਮੇਰੇ ਨਾਲ ਬੈਠੇ ਨੇ, ਆਪਾਂ ਇਹਨਾਂ ਨੂੰ ਪੁੱਛਦੇ ਹਾਂ ਵੀ ਕਿਹੜੀ ਖਬਰ ਹੈ ਵੀ ਜਿਹਦੇ 'ਤੇ ਇਹ ਚਰਚਾ ਕਰਨਾ ਚਾਹੁੰਦੇ ਨੇ ਜੀ? ਪਹਿਲੀ ਗੱਲ ਤਾਂ ਮੈਂ ਸਾਰੇ ਸਾਥੀਆਂ ਨੂੰ ਫਤਿਹ ਬੁਲਾਉਣਾ। ਦੂਜੀ ਵਿੱਕੀ ਜੀ, ਮੈਂ ਨਾ ਇੱਕ ਖਬਰ ਪੜ੍ਹੀ ਹੈ ਅਤੇ ਕੱਲ੍ਹ ਟੀ ਵੀ 'ਤੇ ਵੀ ਆਈ ਜਾਂਦੀ ਹੈ ਵੀ ਸਾਡਾ ਜਿਹੜਾ ਭਵਿੱਖ ਹੈ ਉਹ ਜਿਵੇਂ ਤੁਸੀਂ ਕਹਿੰਦੇ ਵੀ ਇੱਥੇ ਇਹ ਕੱਟਦੇ ਨੇ ਕੇਕ, ਕੱਟਦੇ ਗੰਦ ਪਾ ਕੇ, ਇਹ ਬੱਚੇ ਹੈ, ਇਹ ਅਨਾਉਣ ਨੇ, ਇਹਨਾਂ ਨੂੰ ਪਤਾ ਨਹੀਂ ਹਜੇ, ਇਹ ਚੌੜ ਕਰਦੇ ਆ, ਚੌੜ ਕਰਨ ਤੋਂ ਬਾਅਦ ਇਹ ਉੱਥੋਂ ਚਲੇ ਜਾਂਦੇ ਹੈਗੇ। ਪ੍ਰੋਬਲਮ ਇਹ ਆ ਗਈ ਕਿ ਸਾਡੀਆਂ ਜਿਹੜੀਆਂ ਲੀਡਰ ਨੇ ਗੇ, ਜਿਵੇਂ ਸਾਡੇ ਲੀਡਰ ਨੇ ਗੇ ਮਜੀਠੀਆ ਸਾਹਿਬ ਨੇ ਗੇ, ਰੰਧਾਵਾ ਸਾਹਿਬ ਨੇ, ਆਪਸ 'ਚ ਇਹ ਇੱਕ ਦੂਜੇ 'ਤੇ ਸਿਆਸੀ ਦੂਸ਼ਣਬਾਜ਼ੀਆਂ ਕਰ ਰਹੇ ਹੈ, ਸਿਆਸੀ ਦੂਸ਼ਣਬਾਜ਼ੀਆਂ 2-4 ਦਿਨਾਂ ਤੋਂ ਕਰੀ ਜਾਂਦੇ ਆ ਜੀ, ਇੱਥੇ ਇਹ ਨਹੀਂ ਹੁੰਦਾ, ਇੱਥੇ ਇਹ ਨਹੀਂ ਹੁੰਦਾ। ਵੇਖੋ ਜੀ, ਬੜੇ ਦੁੱਖ ਦੀ ਗੱਲ ਹੈ, ਇੱਕ ਵਿਦਿਆਰਥੀ ਯੂਨੀਵਰਸਿਟੀ ਦੇ ਵਿੱਚ ਅਚਾਨਕ ਬਿਮਾਰ ਹੋ ਗਿਆ, ਉਹਦੇ ਇਲਾਜ ਲਈ ਉਹਨੂੰ ਹਸਪਤਾਲ ਤੱਕ ਨਹੀਂ ਲਿਜਾਇਆ ਜਾ ਸਕਿਆ, ਉਹਦੀ ਮੌਤ ਹੋ ਗਈ ਉੱਥੇ ਜੀ। ਉਹ ਦੇਖੋ ਭੰਨ ਤੋੜ ਹੋ ਰਹੀ ਹੈ ਸਟੂਡੈਂਟ ਅਤੇ ਜਿਹੜਾ ਉੱਥੋਂ ਦਾ ਉਹ ਹੈਗਾ ਅਫਸਰ ਲਾ ਲਓ ਜਾਂ ਕੀ ਕੁਲਪਤੀ ਲਾ ਲਓ, ਕੁਛ ਵੀ ਲਾ ਲਓ, ਉਹ ਵੇਖ ਲਓ ਜੀ, ਇਹ ਕਹਿ ਰਿਹਾ ਹੈਗਾ ਵੀ ਅਸੀਂ ਬੜੇ ਸੁਚੱਜੇ ਢੰਗ ਨਾਲ ਪ੍ਰਬੰਧ ਕੀਤੇ ਹੋਏ ਨੇ, ਜੇ ਸੱਚੇ ਢੰਗ ਨਾਲ ਪ੍ਰਬੰਧ ਕੀਤੇ ਹੁੰਦੇ ਅਤੇ ਉਹ ਬੱਚੇ ਦੀ ਨੂੰ ਹਸਪਤਾਲ ਪਹੁੰਚਾਇਆ ਗਿਆ ਹੁੰਦਾ ਤਾਂ ਬੱਚੇ ਦੀ ਜਾਨ ਨਹੀਂ ਜਾਣੀ ਸੀ। ਦੇਖੋ ਬਾਹਰ ਦਾ ਹੈ ਜੀ ਉਹ ਬੱਚਾ, ਨੇਪਾਲ ਦਾ ਹੈਗਾ, ਅਤੇ ਇੱਥੇ ਸਾਡੀਆਂ ਸਾਰੀਆਂ ਯੂਨੀਵਰਸਿਟੀਆਂ 'ਚ ਇੱਥੇ ਗਿਆਨੀ, ਆਪਣੇ ਬਠਿੰਡੇ ਹੀ ਲਾ ਲਓ ਜੀ, ਗਿਆਨੀ ਜੈਲ ਸਿੰਘ ਦੇ ਵਿੱਚ ਬਾਹਰਲੇ ਸਟੇਟਾਂ ਦੇ ਬੱਚੇ ਪੜ੍ਹਦੇ ਆ ਜੀ, ਇਵੇਂ ਆਪਣਾ ਜੀ ਜੀ ਐੱਸ ਕਾਲਜ ਤਲਵੰਡੀ ਸਾਹਿਬੋਂ ਵੀ ਬਾਹਰ ਦੇ ਬੱਚੇ ਪੜ੍ਹਦੇ ਆ ਜੀ, ਅਤੇ ਉਹਨਾਂ ਦੀ ਬੱਚਿਆਂ ਦੀ ਸੁਰੱਖਿਅਤ ਲਈ ਉਹਨਾਂ ਤੋਂ ਪੈਸੇ ਬੜੇ ਵੱਡੇ ਵੱਡੇ ਮੋਟੀਆਂ ਮੋਟੀਆਂ ਰਕਮਾਂ ਵਸੂਲ ਰਹੇ ਆ ਜੀ ਇਹ, ਅਤੇ ਉਹ ਰਾਤ ਨੂੰ ਉਹਨਾਂ ਦਾ ਕੋਈ ਇਲਾਜ ਦਾ ਪ੍ਰਬੰਧ ਨਹੀਂ, ਕੋਈ ਐਂਬੂਲੈਂਸ ਨਹੀਂ ਉੱਥੇ ਖੜ੍ਹੀ ਕਰਦੇ, ਕੁਛ ਹੋਰ ਨਹੀਂ ਕਰਦੇ, ਇਹ ਦੇਖੋ ਜੀ ਬਹੁਤ ਮੰਦਭਾਗੀ ਗੱਲ ਹੈ, ਇਹਦੇ ਬਾਰੇ ਸਾਡੀ ਸਰਕਾਰ ਨੂੰ ਕੋਈ ਨਾ ਕੋਈ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਹੈ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸਰਦਾਰ ਸਿਕੰਦਰ ਸਿੰਘ ਜੀ ਨੇ ਕਿ ਦੇਖੋ ਬੱਚੇ ਬਾਹਰਲੀਆਂ ਸਟੇਟਾਂ ਦੇ ਜਦੋਂ ਸਾਡੇ ਕੋਲ ਪੜ੍ਹਨ ਆਉਂਦੇ ਤਾਂ ਇਸ ਵਿਸ਼ਵਾਸ ਨਾਲ ਆਉਂਦੇ ਨੇ ਵੀ ਪੰਜਾਬੀ ਜਿਹੜੇ ਨੇ ਯਾਰ ਬੜੇ ਖੁੱਲ੍ਹਦਿਲੇ ਹੁੰਦੇ ਨੇ, ਤਾਂ ਪੰਜਾਬੀਆਂ ਦੇ ਕੋਲ ਜਦੋਂ ਅਸੀਂ ਗਏ ਹਾਂ ਤਾਂ ਸਾਡਾ ਬੱਚਾ ਮਹਿਫੂਜ਼ ਹੈ, ਕਿਉਂਕਿ ਪੰਜਾਬੀ ਜਿਹੜਾ ਆਓ ਭਗਤ ਕਰਨ ਦੇ ਵਿੱਚ ਕਿਸੇ ਚੀਜ਼ ਤੋਂ ਪਿੱਛੇ ਨਹੀਂ ਰਹਿੰਦੇ, ਅਤੇ ਜਦੋਂ ਇਹੋ ਜਿਹੀਆਂ ਘਟਨਾਵਾਂ ਹੋ ਜਾਂਦੀਆਂ, ਇਹੋ ਜਿਹੀਆਂ ਕੋਈ ਪ੍ਰੋਬਲਮਸ ਆ ਜਾਂਦੀਆਂ ਤਾਂ ਫਿਰ ਸਾਨੂੰ ਥੋੜ੍ਹਾ ਜਿਹਾ ਸਾਡਾ ਸਿਰ ਆ ਜਿਹੜਾ ਉਹ ਸ਼ਰਮ ਨਾਲ ਝੁੱਕ ਜਾਂਦਾ ਯਾਰ ਵੀ ਕਿੱਥੇ ਅਸੀਂ ਰਹਿ ਰਹੇ ਹਾਂ, ਕਿਉਂ ਸਾਡਾ ਸਿਸਟਮ ਹੈ ਜਿਹੜਾ ਉਹ ਸਹੀ ਕਿਉਂ ਨਹੀਂ ਹੁੰਦਾ। ਇਹ ਬੜੀਆਂ ਗੱਲਾਂ ਹੁੰਦੀਆਂ ਜਿਵੇਂ ਅਸੀਂ ਇਸ ਤਰੀਕੇ ਦੀ ਗੱਲ ਕਰਦੇ ਹਾਂ, ਤਾਂ ਸਿਸਟਮ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਜਿਹੜਾ ਕੱਲ੍ਹ ਐਕਸੀਡੈਂਟ ਵੀ ਹੋਇਆ ਗੁਣਿਆਣੇ ਦੇ ਕੋਲ, ਉਹਦਾ ਵੀ ਐਡਾ ਬੁਰਾ ਹਾਲ ਹੋਇਆ ਵੀ ਮੇਲਾ ਦਾ ਕਹਿੰਦੇ ਨੇ ਵੀ 4 ਮੌਤਾਂ ਵੀ ਹੋ ਗਈਆਂ,
ਕਿਉਂਕਿ ਸਿਸਟਮ ਦੀ ਕਮੀ ਗੱਲ ਫਿਰ ਉੱਥੇ ਆਉਂਦੀ ਸਿਸਟਮ ਆਮ ਬੰਦੇ ਦਾ ਵੀ ਸਿਸਟਮ ਖਰਾਬ ਹੈ ਜੇ ਸਰਕਾਰਾਂ ਦਾ ਖਰਾਬ ਹੈ ਅਫਸਰਾਂ ਦਾ ਖਰਾਬ ਹੈ ਤਾਂ ਉੱਥੇ ਆਮ ਲੋਕਾਂ ਦਾ ਸਿਸਟਮ ਹੈ ਜਿਹੜਾ ਉਹ ਵੀ ਬਹੁਤ ਜ਼ਿਆਦਾ ਖਰਾਬ ਹੈ ਸਰਪੰਚ ਸਾਹਿਬ ਗੁਰਮੇਲ ਸਿੰਘ ਉਸ ਏਰੀਏ ਦੇ ਨੇੜੇ ਰਹਿੰਦੇ ਨੇ ਉੱਥੇ ਜਿਹੇ ਹੀ ਰਹਿੰਦੇ ਆ ਇਹਨਾਂ ਨੂੰ ਥੋੜ੍ਹਾ ਜਿਹਾ ਉਸ ਮੁੱਦੇ 'ਤੇ ਜ਼ਿਆਦਾ ਪਤਾ ਹੋਣਾ ਤਾਂ ਆਪਾਂ ਉਸ ਮੁੱਦੇ 'ਤੇ ਇਹਨਾਂ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ ਸਰਪੰਚ ਸਾਹਿਬ ਤੁਸੀਂ ਦੱਸੋ ਵੀ ਕੀ ਮਸਲਾ ਕੀ ਐਕਚੁਅਲ ਦੇ ਵਿੱਚ ਉੱਥੋਂ ਕੀ ਪ੍ਰੋਬਲਮ ਕੀ ਆ ਰਹੀ ਹੈ ਅਸਲ ਵਿੱਕੀ ਜਿਹੜੀ ਪ੍ਰੋਬਲਮ ਹੈ ਨਾ ਇੱਕ ਜਿਹੜਾ ਗੋਨਿਆਣਾ ਖੁਰਦ ਹੈ ਅਤੇ ਗੋਨਿਆਣਾ ਕਲਾਂ ਦੋ ਪਿੰਡ ਹੈਗੇ ਦੋ ਪਿੰਡਾਂ ਦੀ ਜਿਹੜੀ ਸਰਵਿਸ ਰੋਡ ਮਤਲਬ ਕਹਿੰਦੇ ਰੋਡ ਸਰਵਿਸ ਬਣੀ ਨਹੀਂ ਪਰ ਕਾਰਨ ਕਿ ਦੋਨਾਂ ਵਾਸਤੇ ਲੰਘਣ ਵਾਸਤੇ ਗੋਨਿਆਣੇ ਮੰਡੀ ਆਉਣ ਵਾਸਤੇ ਉੱਥੋਂ ਦੀ ਕ੍ਰੋਸ ਹੈ ਦੋਨਾਂ ਪਿੰਡਾਂ ਦੇ ਲੋਕ ਯਕੀਨਨ ਮੰਨਿਓ ਵੀ ਕੋਈ ਵੀ ਬੰਦਾ ਆਪਦੀ ਸਾਈਡ ਜਾਂਦੇ ਹੀ ਨਹੀਂ ਕੋਈ ਉਹਨਾਂ ਦਾ ਮੋਟਰਸਾਈਕਲ ਹੈ ਕੋਈ ਉਹਨਾਂ ਦੀ ਕਾਰ ਆ ਕੋਈ ਟਰੈਕਟਰ 'ਤੇ ਆ ਕੋਈ ਜੀਪ 'ਤੇ ਹੈ ਕੋਈ ਰੇੜੇ 'ਤੇ ਹੈ ਹਰੇਕ ਬੰਦਾ ਹੀ ਗੋਨਿਆਣੇ ਮੰਡੀ ਆਉਣ ਵਾਸਤੇ ਨਾ ਆਪੋਜਿਟ ਸਾਈਡ ਜਾਂਦੇ ਆ ਯਕੀਨਨ ਮੰਨੋ ਮੈਂ ਐਤਵਾਰ ਨੂੰ ਜਦੋਂ ਆਪਦੇ ਪਿੰਡ ਨੂੰ ਜਾਂਦੇ ਨਾ ਜੀ ਅਤੇ ਮੈਂ ਬਲਾੜ ਬਿੰਜੂ ਵਾਲਾ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਨਿਕਲਣਾ ਸੱਚੇ ਪਾਤਸ਼ਾਹ ਮੈਨੂੰ ਆਉਣਾ ਗੋਨਿਆਂ ਨਕਲਾਂ ਤੱਕ ਲੰਘਾ ਦੀ ਕਾਰਨ ਕੀ ਆ ਇਹਨਾਂ ਲੋਕਾਂ ਦੇ ਉੱਤੇ ਜਮ੍ਹਾਂ ਹੀ ਪਰਵਾਹ ਹੀ ਨਹੀਂ ਮੰਨਦੇ ਯਾਰ ਜੇ ਤਾਂ ਮੋਟਰਸਾਈਕਲ ਇੱਧਰੋਂ ਦੂਜੀ ਸਾਈਡ ਕਰਦਾ ਤਾਂ ਮੂਹਰੋਂ ਬੱਸ ਦੀ ਮਗਲੀ ਸਾਈਡ ਬੱਸ ਨਾ ਮਾਰ ਜੇ ਕੋਈ ਟਰੱਕ ਨਾ ਮਾਰ ਜੇ ਜੇ ਬੰਦਾ ਆਪਦੀ ਖੱਬੀ ਸਾਈਡ ਜਾ ਕੇ ਮੋਟਰਸਾਈਕਲ ਤੋੜਦਾ ਤਾਂ ਮੂਹਰੋਂ ਪਤਾ ਨਹੀਂ ਲਾਈਟਾਂ ਲੈਂਦੇ ਜਗ੍ਹਾ ਨਾ ਉੱਧਰ ਜਾਓ ਜੇ ਉੱਧਰੋਂ ਉਹਨਾਂ ਨੂੰ ਬਚਾਉਂਦਾ ਤਾਂ ਆ ਮਰਦਾ ਮੈਂ ਬੇਨਤੀ ਇੱਕ ਤਾਂ ਸਾਡੇ ਥਾਣਾ ਗੋਨਿਆਣਾ ਦੇ SHO ਇੰਸਪੈਕਟਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਮਾਲਕੋ ਮਾੜਾ ਜਿਹਾ ਧਿਆਨ ਰੱਖੋ ਵੀ ਇੱਕ ਅੱਧਾ ਉੱਥੇ ਇੰਸਪੈਕਟਰ ਲਾ ਇੱਕ ਅੱਧਾ ਆਪਣਾ ਹੌਲਦਾਰ ਹੀ ਲਾ ਦਿਓ ਚਲਾਣ ਘੱਟੋ ਘੱਟ ਰੋਜ਼ ਦੇ ਮੇਲੇ ਨਾ ਵਾਲੇ ਤਾਂ 100 ਚਲਾਣ ਕੱਟਿਆ ਜਾ ਸਕਦਾ ਰੋਜ਼ ਦਾ ਬਿਲਕੁਲ ਬੇਨਤੀ ਹੈ ਇੰਸਪੈਕਟਰ ਸਾਹਿਬ ਇੱਥੇ ਇੱਕ ਅੱਧਾ ਬੰਦਾ ਇੰਸਪੈਕਟਰ ਲਾ ਦਿਓ ਦੂਸਰੀ ਗੱਲ ਸੁਣੋ ਹੋਰ ਗੋਨਿਆਂ ਨੇ ਜਿੱਥੇ ਕਿ ਅਸੀਂ ਦਾਦੀ ਪੋਤੀ ਵਾਰ ਕਰ ਦਿੰਦੇ ਆਪਾਂ ਜਿੱਦੇ ਸੋ ਉਹਦੇ ਗਏ ਹਾਂ ਟੂਰ 'ਤੇ ਜਿੱਥੇ ਕਿ ਤੁਸੀਂ ਸਾਨੂੰ ਚੜਾਇਆ ਉਸ ਥਾਂ ਦੇ ਉੱਤੇ ਕਲਾਂਘਾ ਬਣਾ ਛੱਡਿਆ ਨੇ ਹਾਈਵੇ ਵਾਲਿਆਂ ਨੇ ਅਤੇ ਇੱਧਰ ਦੂਸਰੇ ਪਾਸੇ ਹੈਗਾ ਆਪਣਾ ਮੰਦਰ ਬਣਿਆ ਵਾ ਲੋਕਾਂ ਨੇ ਕ੍ਰੋਸਿੰਗ ਕਰ ਰਹੀਆਂ ਯਕੀਨਨ ਮੰਨਿਓ ਉੱਥੋਂ ਵੀ ਲੋਕ ਨਾ ਠੇਡੇ ਮਾਰ ਕੇ ਇੱਥੋਂ ਹੀ ਲੰਘ ਜਾਂਦੇ ਆ ਜਾਂ ਤਾਂ ਹਾਈਵੇ ਵਾਲੇ ਘੱਟੋ ਘੱਟ ਵੀ ਉਹ ਜਿਹੜਾ ਮਤਲਬ ਲਾਂਘਾ ਛੱਡਿਆ ਉਹਨੂੰ ਬੰਦ ਹੀ ਕਰਾ ਦਿਓ ਲੋਕ ਬਚਦਾ ਜਾਣ ਲੋਕ ਹਟਦੇ ਨਹੀਂ ਲੋਕ ਦੂਜੇ ਪਾਸੇ ਨੂੰ ਦੇਖੋ ਉਹਨੂੰ ਕ੍ਰੋਸ ਕਰਕੇ ਦੂਜੇ ਪਾਸੇ ਲੰਘ ਕੇ ਐਂ ਨਿਕਲਦੇ ਗੋਨਿਆਂ ਮੰਡੀ ਨੂੰ ਜਿੱਥੋਂ ਦੀ ਕ੍ਰਾਸ ਆ ਉੱਥੇ ਜਾਂਦਾ ਕੋਈ ਨਹੀਂ ਬੇਨਤੀ ਵਾਲੇ ਵੀ ਇੰਸਪੈਕਟਰ ਸਾਹਿਬ ਨੂੰ ਅਸੀਂ ਤਾਂ ਬੇਨਤੀ ਦਿਨੋਂ ਕਰਦੇ ਹਾਂ ਨਜ਼ਾਰਾ ਇੱਕ ਮਹੀਨੇ ਲਾ ਦੇਣਾ ਉੱਥੇ ਤਾਂ ਲੋਕਾਂ ਦਾ ਕੁਛ ਸੁਧਾਰ ਹੋ ਜਾਵੇ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਵੀ ਅਸੀਂ SHO ਸਾਹਿਬ ਨੂੰ ਉੱਥੇ ਬੇਨਤੀ ਕਰਦੇ ਹਾਂ ਕਿ ਇੱਕ ਬੰਦਾ ਲਾ ਦਿਓ ਦੇਖੋ ਅਸੀਂ ਮੈਂ ਉਹੀ ਗੱਲ ਜਿਹੜੀ ਇਹਨਾਂ ਦੀ ਗੱਲ ਕਰਦੇ ਹਾਂ ਆਪਾਂ ਕਿਤੇ ਜ਼ਰੂਰੀ ਨਹੀਂ ਵੀ ਆਪਾਂ ਸਾਰੀ ਸੂਈ ਹੈ ਜਿਹੜੀ ਸਰਕਾਰਾਂ 'ਤੇ ਵੀ ਧਰ ਦਿੰਦੇ ਹਾਂ ਵੀ ਸਾਨੂੰ ਮਤਲਬ ਵੀ ਚਲੋ ਠੀਕ ਆ ਯਾਰ ਆ ਵੀ ਤਵਾ ਜਿਹੜਾ ਸਰਕਾਰ 'ਤੇ ਹੀ ਧਰ ਦਿਓ ਹੋਰ ਕੁਛ ਨਹੀਂ ਤਾਂ ਪਰ ਕਈ ਮਸਲਿਆਂ ਦੇ ਵਿੱਚ ਅਸੀਂ ਲੋਕ ਵੀ ਦੋਸ਼ੀ ਹਾਂ ਲੋਕ ਦੋਸ਼ੀ ਅਸੀਂ ਇਸ ਤਰੀਕੇ ਨਾਲ ਵੀ ਜਦੋਂ ਇੱਕ ਪ੍ਰੋਪਰ ਵੇ ਬਣਿਆ ਹੋਇਆ ਇੱਕ ਪ੍ਰੋਪਰ ਰਸਤਾ ਬਣਿਆ ਥੋੜ੍ਹਾ ਜਿਹਾ ਟਾਈਮ ਬਚਾਉਣ ਦੇ ਮਾਰੇ ਅਸੀਂ ਲੋਕ ਸਾਰੀ ਗਲਤੀਆਂ ਕਰਦੇ ਹਾਂ ਸਾਰੇ ਅਸੀਂ ਸੋਚਦੇ ਹਾਂ ਵੀ ਠੀਕ ਹੈ ਯਾਰ ਕੋਈ ਗੱਲ ਨਹੀਂ ਜੇ ਇੱਧਰੋਂ ਦੀ ਟੱਪ ਜਾਂਗੇ ਤਾਂ ਕਿਹੜਾ ਪਹਾੜ ਡਿੱਗਣ ਲੱਗਾ ਮੇਰੇ ਵੀਰ ਪਹਾੜ ਨਹੀਂ ਡਿੱਗਦੇ ਐਕਸੀਡੈਂਟ ਹੋ ਜਾਂਦੇ ਆ ਅਤੇ ਉਹ ਉਹਨਾਂ ਘਰਾਂ 'ਤੇ ਪਹਾੜ ਡਿੱਗਦੇ ਨੇ ਜਿਨ੍ਹਾਂ ਦੇ ਘਰਾਂ ਦੇ ਬੱਚੇ ਮਾਂ ਪਿਓ ਬਜ਼ੁਰਗ ਫੌਤ ਹੋ ਜਾਂਦੇ ਆ ਰੱਬ ਨੂੰ ਪਿਆਰੇ ਹੋ ਜਾਂਦੇ ਉਹਨਾਂ 'ਤੇ ਉਹ ਪਹਾੜ ਡਿੱਗਦੇ ਨੇ ਜਦੋਂ ਤੁਸੀਂ ਆਪ ਉਹ ਰੂਲ ਤੋੜਦੇ ਹੋ ਤਾਂ ਉਹਨਾਂ ਦਾ ਉਹ ਨੁਕਸਾਨ ਹੈ ਜਿਹੜਾ ਉਹ ਬਹੁਤ ਵੱਡਾ ਹੋ ਜਾਂਦਾ ਕਿਸੇ ਦੀ ਭੈਣ ਕਿਸੇ ਦਾ ਭਰਾ ਅੱਜ ਨੇ ਚਾਰ ਮੌਤਾਂ ਹੋਊਗੀਆਂ ਤੇ ਦੂਜੇ ਜ਼ਖਮੀ ਪਏ ਆ ਬਿਲਕੁਲ ਦਾ ਕੀ ਬਿਲਕੁਲ ਵੇਖੋ ਬੱਸ ਜਾਂਦਾ ਸਰਕਾਰ ਨਾਲ ਜਰਾ ਕਰੇ ਵੀ ਕੀ ਬੱਸ ਵਾਲੇ ਵੀ ਕਸੂਰ ਨੇ ਰਾਉਂ ਸੜਕ ਇੱਕ ਦੋ ਉੱਥੇ ਪੈਲਸ ਹੈ ਸ਼ਾਮ ਨੂੰ ਹਰੇਕ ਬੰਦਾ ਡੱਕਾ ਸ਼ਰਾਬ ਦਾ ਉਹ ਉੱਠੇ ਬੱਸੇ ਲੰਘਾਉਂਦਾ ਬਿਲਕੁਲ ਅਸੀਂ ਹਾਲਾਤ ਏਡੇ ਮਾੜੇ ਆ ਮੈਂ ਤਾਂ ਕਹਿੰਦਾ ਵੀ ਇੱਕ ਜਿਵੇਂ ਕਿਤੇ ਨਾ ਕੋਈ ਉੱਥੇ ਖੰਡ ਪਾਠ ਖਲਾਉਣ ਵਾਲੀ ਗੱਲ ਹੋਈ ਪਈ ਆ
ਹੋਰ ਕੋਈ ਆਸਰਾ ਹੀ ਨਹੀਂ ਉੱਥੇ ਰਹਿ ਗਿਆ। ਬਿਲਕੁਲ, ਸਾਨੂੰ ਸਾਰਿਆਂ ਨੂੰ ਸੋਚਣਾ ਪੈਣਾ। ਰਸਵੀਰ ਜੀ ਕੀ ਕਹਿਣਾ ਚਾਹੋਗੇ? ਮੈਂ ਤਾਂ ਵਿੱਕੀ ਕਿਸਾਨ ਹਾਂ, ਕਿਸਾਨਾਂ ਦੀ ਗੱਲ ਹੀ ਕਰੂੰਗਾ ਜੀ। ਤੇ ਆਹ ਕਣਕ ਦੀ ਵਾਹੀ ਫਸਲ ਦਿਖਾਉਂਦੇ ਕਿਸਾਨ ਨੇ, ਕਣਕ ਵਿੱਚ ਪਈ ਸੁੰਡੀ ਜੀਰੋ ਟੀ ਲੇਜ ਨਾਲ ਬਿਜਾਈ ਕਰਨ 'ਤੇ ਫਸਲ 'ਚ ਲੱਗੀ ਸੁੰਡੀ। ਕਿਸਾਨ ਨੇ 4 ਏਕੜ ਫਸਲ ਵਾਹੀ ਜੀ, ਉਹਦਾ 60 ਕਿਲੋ ਬੀਜ ਗਿਆ ਜੀ। ਵਾਹੀ ਦਾ ਖਰਚ ਕਿੰਨਾ ਪੈ ਗਿਆ? ਕਿਸਾਨ ਬਾਰੇ ਜੇ ਸਰਕਾਰ ਸੋਚੇ ਤਾਂ ਬਹੁਤ ਚੰਗੀ ਗੱਲ ਹੈ ਜੀ। ਕਿਸਾਨ ਤਾਂ ਹੁਣ ਦਿਨੋਂ ਦਿਨ ਜਿਹਨੂੰ ਆਹ ਖਰਚਾ ਪੈ ਗਿਆ ਜੀ, ਨਿਕਲਦਾ ਨਹੀਂ ਜੀ, ਕਿਉਂ ਇਹ 'ਚ ਕੋਈ ਵੱਡੀ ਆਮਦਨ ਤਾਂ ਹੈ ਨਹੀਂ ਗੀ। ਇਹਦੇ ਵਿੱਚ ਤਾਂ ਇਹ ਹੁੰਦਾ ਵੀ 2 ਪੈਸੇ ਇੱਧਰ 2 ਪੈਸੇ ਇੱਧਰ, ਇਹ ਬਹੁਤ ਮਹੱਤਵ ਹੈ। ਬਿਲਕੁਲ ਉਹੀ ਗੱਲ ਹੈ ਵੀ ਆਪਾਂ ਗੱਲ ਫਿਰ ਉਹੀ ਕਰਦੇ ਹਾਂ ਵੀ ਕਿਸਾਨਾਂ ਬਾਰੇ ਗੱਲ ਕਰਦੇ ਹਾਂ ਵੀ ਕਿਸਾਨਾਂ ਬਾਰੇ ਜਨਮ ਹੈ ਨਾ, ਅਸੀਂ ਕਹਿੰਦੇ ਵੀ ਆਂਦਾਤਾ, ਤਾਂ ਹਮੀਰ ਸਿੰਘ ਜੀ ਬੜਾ ਗਮਗੀਨ ਬੈਠੇ ਨੇ, ਬੜਾ ਸੋਚ ਰਹੇ ਨੇ। ਕਿਸ ਗੱਲ 'ਤੇ ਤੁਸੀਂ ਇੰਨੇ ਜ਼ਿਆਦਾ ਸੋਚ ਰਹੇ ਹੋ? ਬੜਾ ਮਤਲਬ ਜਿਵੇਂ ਹੁੰਦਾ ਨਾ ਕਈ ਵਾਰੀ ਬੰਦਾ ਅੰਤਰ ਧਿਆਨ ਹੋ ਕੇ ਕੁਛ ਸੋਚ ਰਿਹਾ, ਕੀ ਸੋਚ ਰਹੇ ਹੋ? ਦੇਖੀ ਜੀ, ਧੰਨਵਾਦ। ਮੇਰੀ ਦਿਮਾਗ ਬਸ ਰਸਵੀਰ ਦੀ ਗੱਲ 'ਤੇ ਸੀ ਕਿਸਾਨੀ ਦੇ ਵਿੱਚ। ਮੇਰੇ ਖਿਆਲ ਆਹ ਕੁਛ ਸਾਲਾਂ ਦੀਆਂ ਜਾਂ ਕੁਛ ਦਹਾਕਿਆਂ ਦੀਆਂ ਜਿਹੜੀਆਂ ਵੀ ਸਰਕਾਰਾਂ ਬਣੀਆਂ ਨੇ, ਉਹਨਾਂ ਦਾ ਪਹਿਲਾ ਹੀ ਮੁੱਦਾ ਹੈ ਕਿ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ। ਸਰਕਾਰਾਂ ਬਣੀਆਂ ਨੇ ਉਹਨਾਂ ਦਾ, ਸਭ ਤੋਂ ਕੱਲ੍ਹ ਮਹਾਰਾਸ਼ਟਰ ਸਰਕਾਰ ਬਣੀ ਹੈ ਉਸਨੇ ਵੀ ਇਹੀ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਗਏ। ਰਾਜਸਥਾਨ ਸਰਕਾਰ ਬਣੀ ਹੈ, ਪੰਜਾਬ ਸਰਕਾਰ ਬਣੀ ਹੈ, ਪਰ 3 ਦਹਾਕਿਆਂ ਦਾ ਕੰਮ ਉੱਥੇ ਦਾ ਉੱਥੇ ਹੀ ਖੜ੍ਹਾ। ਇਸ ਨੂੰ ਕਰਜ਼ੇ ਮਾਫ਼ੀ ਤੱਕ, ਮਾੜੀ ਗੱਲ ਨਹੀਂ ਕਰਜ਼ਾ ਮਾਫ਼ੀ ਕਰਨੀ, ਵੀ ਕਰਜ਼ੇ ਤੱਕ ਕਿਸਾਨ ਪਹੁੰਚਦਾ ਹੀ ਕਿਉਂ ਹੈ? ਕੁਛ ਪਾਲਿਸੀਆਂ ਇਹੋ ਜਿਹੀਆਂ ਘੜਨੀਆਂ ਚਾਹੀਦੀਆਂ ਸਰਕਾਰ ਨੂੰ ਕਿ ਕਿਸਾਨ ਕਰਜ਼ਈ ਹੋਵੇ ਹੀ ਨਾ। ਇਹ ਕੀ ਹੈ ਰਾਜਨੀਤੀ ਹੈ ਕਿ 3 ਦਹਾਕੇ ਹੋ ਗਏ ਮੇਰੇ ਖਿਆਲ, ਮੈਨੂੰ ਜਦੋਂ ਸੁਰਤ ਆਈ ਹੈ ਦੇਵੀ ਲਾਲ ਤੋਂ ਲੈ ਕੇ, ਬਠਿੰਡੇ ਆਇਆ ਸੀ ਦੇਵੀ ਲਾਲ, ਉਦੋਂ ਵੀ ਕਰਜ਼ੇ ਮਾਫ਼ੀ ਦੀ ਗੱਲ ਕਰਕੇ, ਸਭ ਤੋਂ ਪਹਿਲਾਂ ਉਹਨੇ ਕਰਜ਼ੇ ਮਾਫ਼ ਕੀਤੇ ਸੀ, ਪਰ ਅੱਜ ਤੱਕ ਕਿਸਾਨ ਕਿਉਂ ਕਰਜ਼ੇ 'ਚੋਂ ਨਹੀਂ ਨਿਕਲਿਆ? ਇਹ ਸੋਚਣ ਦੀ ਲੋੜ ਹੈ ਅੱਜ ਦੀ, ਨਾ ਕਿ ਕਰਜ਼ੇ ਮਾਫ਼ ਕਰੋ, ਪਰ ਇਹ ਵੀ ਸੋਚੋ ਕਿ ਕਿਸਾਨ ਕਰਜ਼ਈ ਕਿਉਂ ਹੁੰਦਾ। ਬਹੁਤ ਵਧੀਆ ਗੱਲ ਕੀਤੀ ਸਰਦਾਰ ਹਮੀਰ ਸਿੰਘ ਜੀ ਨੇ ਵੀ ਕਰਜ਼ੇ ਮਾਫ਼ ਨਾ ਕਰੋ ਯਾਰ, ਉਸ ਬੰਦੇ ਨੂੰ ਇੰਨਾ ਸਮਰੱਥ ਬਣਾ ਦਿਓ, ਇੰਨਾ ਉਸ ਬੰਦੇ ਨੂੰ ਉਹਦੀ ਜਿਨਸ ਦਾ ਉਹਨੂੰ ਮੁੱਲ ਦਿਓ ਕਿ ਉਹ ਕਰਜ਼ਾ ਬੜੇ, ਹਾਂ ਉਹ ਕਰਜ਼ਈ ਨਾ ਹੋਵੇ, ਕਰਜ਼ਾ ਚੁੱਕੇ। ਲੋੜ ਪੈਂਦੀ ਹੈ, ਹਰ ਅਸੀਂ ਬੰਦਾ ਕਰਜ਼ਾ ਚੁੱਕਦੇ ਹਾਂ, ਪਰ ਉਹਨੂੰ ਕਰਜ਼ਾ ਦੇਣਾ ਲਾਹਣਾ ਆਸਾਨ ਹੋ ਜੇ। ਹਰ ਬੰਦਾ ਲੈਂਦਾ ਲੋਨ ਲੈਂਦਾ, ਅਸੀਂ ਘਰ ਪਾਉਂਦੇ ਹਾਂ, ਅਸੀਂ ਸਕੂਟਰ ਲੈਣੇ ਹਾਂ, ਅਸੀਂ ਕਾਰਾਂ ਲੈਂਦੇ ਹਾਂ, ਇਹ ਸਾਰਾ ਕੁਛ ਹੁੰਦਾ। ਦੇਖੋ ਹੁਣ ਕਿੰਨੀਆਂ ਕਣਕਾਂ ਕਰੰਟ ਹੋ ਗਈਆਂ, ਕਿੰਨੇ ਬੀਜ ਹੋ ਗਏ, ਕਿਸਾਨ ਦਾ ਮਤਲਬ ਕੁਦਰਤ ਨਾਲ ਸੰਬੰਧ ਹੈ। ਬਿਲਕੁਲ, ਅੱਛਾ ਕੁਦਰਤ ਉਹਨੂੰ ਬਚਾ ਦੇ, ਲੱਖ ਕਰੋੜਪਤੀ ਬਣਾ ਦਿੰਦੀ ਹੈ ਜੇ ਕੁਦਰਤ ਹੋ ਜਾਵੇ। ਸਰਕਾਰਾਂ ਕਿਸਾਨ ਦਾ ਕੁਛ ਨਹੀਂ ਸੁਆ ਸਕਦੀਆਂ, ਸਰਕਾਰਾਂ ਨੇ ਗਲਤ ਕੀਤਾ, ਖਾਦਾਂ ਲਿਆ ਕੇ, ਖਾਦਾਂ ਲਿਆ ਕੇ ਉਹਨਾਂ ਨੂੰ ਕਣਕ ਦੀ ਉਪਜਾਊ ਸ਼ਕਤੀ। ਅਸੀਂ 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 ਜੇ ਗੱਲ ਕਰਦੇ ਹਾਂ ਖਾਦਾਂ ਦੀ, ਤੁਸੀਂ ਗੱਲ ਕੀਤੀ ਜਿਹੜੇ ਕੀਟਨਾਸ਼ਕ ਜਿੰਨੀਆਂ ਸਾਰੀਆਂ ਇੰਨੀਆਂ ਉੱਥੇ ਬੱਲੂਆਣੇ ਦੇ ਵਿੱਚ ਵੀ ਫੈਕਟਰੀ ਸੀ, ਸਾਡੇ ਪੰਜਾਬ ਦੇ ਵਿੱਚ ਇਹ ਦਵਾਈਆਂ ਜ਼ਿਆਦਾ ਯੂਜ਼ ਕੀਤੀਆਂ ਜਾਂਦੀਆਂ, ਅਦਰ ਸਟੇਟਸ ਦੇ ਵਿੱਚ ਇਹ ਜਿੰਨੀਆਂ ਦਵਾਈਆਂ ਨੇ ਉਹ ਜ਼ਿਆਦਾ ਯੂਜ਼ ਨਹੀਂ ਕੀਤੀਆਂ ਜਾਂਦੀਆਂ। ਪੰਜਾਬ ਦੇ ਵਿੱਚ ਝੋਨਾ ਹੁੰਦਾ ਨਹੀਂ ਸੀ, ਇਹਨਾਂ ਨੇ ਥੋੜ੍ਹਾ ਥੋੜ੍ਹਾ 2-2 ਕਿੱਲੇ 1 ਕਿੱਲਾ 2 ਕਿੱਲੇ 4 ਕਿੱਲੇ ਲਾ ਕੇ ਇਹਨਾਂ ਨੂੰ ਲਲਤ ਲਾਤੀ, ਜਿਵੇਂ ਨਸ਼ੇ ਦੀ ਲੱਤ ਲੱਗਦੀ ਹੈ ਉਹ ਟੁੱਟਦੀ ਨਹੀਂ, ਕਿਉਂ ਇਹ ਲੱਤ ਇਹੀ ਜੀ ਹੈ ਅਤੇ ਨਰਮੇ ਕਪਾਹ ਦੀ ਫਸਲ ਹੁੰਦੀ ਹੈ, ਉਹਦੇ ਜਿੱਦਾਂ ਭਾਅ ਮਿਲ ਜਾਂਦਾ ਤਾਂ ਫਸਲ ਨਹੀਂ ਹੁੰਦੀ, ਜੇ ਭਾਅ ਪੂਰਾ ਨਹੀਂ ਮਿਲਦਾ ਜੀ। ਇਹ ਜਿਹੜਾ ਝੋਨਾ ਹੈ ਇਹਦਾ ਕੀ ਮਤਲਬ ਹੈਗਾ ਵੀ ਇਹ ਥੋੜ੍ਹੇ ਜਿਹੇ ਪਰਸੈਂਟ ਘੱਟ ਜਾਂਦਾ, ਥੋੜ੍ਹੇ ਪਿੰਡ ਵੱਧ ਜਾਂਦਾ ਵੀ ਨਾ ਜਿਵੇਂ ਦੇ ਨਾਲ ਮਰਦਾ ਅਤੇ ਨਾ ਇਹਦੇ ਨਾਲ ਜਿਉਂਦਾ। ਇਹ ਇਹੋ ਜਿਹੀ ਲੱਤ ਲਾਈ ਹੈ, ਹੁਣ ਇਹ ਸਾਰੇ ਪਾਸੇ ਹੋਣ ਲੱਗ ਗਿਆ ਜੀ ਪੰਜਾਬ ਨੂੰ, ਮਤਲਬ ਇਹ ਸਾਡਾ ਹੋਰ ਵੀ ਆ ਜੀ। ਦੇਖੋ ਮੈਂ ਮੇਰੀ ਇੱਕ ਬੇਨਤੀ ਸੁਣੋ, ਮੈਂ ਬਿਲਕੁਲ, ਦੇਖੋ ਇਹ ਬਹਿਸ ਹੈ ਇਹ ਜਿੰਨੀ ਮਰਜ਼ੀ ਆਪਾਂ ਕਰ ਲਈਏ, ਦੇਖੋ ਗੱਲ ਕੀ ਹੁੰਦੀ ਹੈ, ਜਦੋਂ ਹੁਣ ਅਸੀਂ ਜਿੰਨੀ ਦੇਰ ਦੀ ਗੱਲ ਕਰ ਰਹੇ ਤਾਂ ਹਰੇਕ ਬੰਦਾ ਚਿੰਤਿਤ ਹੈ ਵੀ ਯਾਰ ਇਹ ਕੀ ਹੋ ਰਿਹਾ, ਪਰ ਜਦੋਂ ਚਿੰਤਾ ਦੇ ਵਿੱਚੋਂ ਕੋਈ ਆਸ਼ਾ ਦੀ ਕਿਰਨ ਦਿਖਦੀ ਹੈ ਤਾਂ ਬੰਦਾ ਅਗਾਂਹ ਵਧਣ ਲਈ, ਇੱਕ ਸਟੈਪ ਹੋਰ ਵਧਣ ਲਈ, ਜ਼ਿੰਦਗੀ ਦੀ ਜਿਹੜੀ ਜੰਗ ਹੈ ਉਹ ਲੜਨ ਦੇ ਲਈ ਥੋੜ੍ਹਾ ਜਿਹਾ ਉਹਦੇ 'ਚ ਹੋਰ ਤਾਕਤ ਆ ਜਾਂਦੀ ਹੈ। ਉਹ ਇਸ ਤਰੀਕੇ ਨਾਲ
ਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਟਹਿਲ ਸਿੰਘ ਬੁੱਟਰ ਜੀ ਸਾਡੇ ਵਿੱਚ ਨਹੀਂ ਸੀ ਆ ਰਹੇ ਅਤੇ ਇਹ ਜਨਾਬ ਦੀ ਮੀਟਿੰਗ ਸੀ ਦਿੱਲੀ ਦੇ ਵਿੱਚ, ਕਿਉਂਕਿ ਇਹ ਵਧਾਈ ਦੇ ਪਾਤਰ ਨੇ ਇਹਨਾਂ ਨੂੰ ਮੋਟਰ ਐਸੋਸੀਏਸ਼ਨ ਆਲ ਇੰਡੀਆ। ਹਾਂ ਚਲੋ ਤੁਸੀਂ ਥੋੜ੍ਹਾ ਜਿਹਾ ਚਾਨਣਾ ਪਾ ਦਿਓ। ਹਾਂ ਬਿਲਕੁਲ। ਹਾਂਜੀ, ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਮੇਰਾ ਜਿਹੜਾ ਹੈਗਾ ਹੌਂਸਲਾ ਵਧਾਇਆ। ਜਿਹੜੀ ਦਿੱਲੀ ਦੇ ਵਿੱਚ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਹੈ, ਜਿਹੜੀ ਕਿ ਸਾਡੇ ਟਰਾਂਸਪੋਰਟਰਾਂ ਆਪਰੇਟਰਾਂ ਦੀ ਇੱਕ ਬਹੁਤ ਵੱਡੀ ਸੰਸਥਾ ਹੈ, ਪੂਰੇ ਇੰਡੀਆ ਲੈਵਲ ਦੀ ਉਹ ਸੰਸਥਾ ਹੈ। ਦੇਖੋ 1936 ਦੇ ਵਿੱਚ ਟੈਕਸੀਆਂ ਸ਼ੁਰੂ ਹੋਇਆ ਕੰਮ, ਇਹ ਉਦੋਂ ਕਿਤੇ ਬਹੁਤ ਘੱਟ ਟਰੱਕ ਜਾਂ ਬੱਸ ਹੁੰਦੀ ਸੀਗੀ। ਸਰਦਾਰ ਗੁਰਮੁਖ ਸਿੰਘ ਜਿਹੜਾ ਦਿੱਲੀ ਦਾ ਇੱਕ ਇਨਸਾਨ ਸੀਗਾ, ਉਹਨੇ ਇਹਨੂੰ ਜਨਮ ਦਿੱਤਾ। ਉਦੋਂ ਮੇਰਾ ਖਿਆਲ ਆ ਬਹੁਤ ਘੱਟ, ਕੋਈ 5-7 ਗੱਡੀਆਂ ਹੀ ਸੀਗੀਆਂ ਦਿੱਲੀ ਦੇ ਵਿੱਚ, ਅਤੇ ਉਹਨੇ ਹੌਲੀ ਹੌਲੀ ਇਹਨੂੰ ਰਜਿਸਟਰਡ ਕਰਾਇਆ। 1936 ਦੀ ਇਹ ਸੰਸਥਾ ਰਜਿਸਟਰਡ ਹੈ। ਇਹ ਪੂਰੇ ਇੰਡੀਆ ਦੇ ਵਿੱਚ 92 ਲੱਖ ਜਿਹੜੇ ਟਰੱਕ ਹੈਗੇ ਆ ਰਜਿਸਟਰਡ ਹੈਗੇ ਆ, 50,000 ਜਿਹੜੀਆਂ ਬੱਸਾਂ ਨੇ ਉਹ ਰਜਿਸਟਰਡ ਨੇ, ਕੋਈ ਮਤਲਬ ਕਿ ਤਕਰੀਬਨ 1 ਕਰੋੜ ਦੇ ਲਗਭਗ ਜਿਹੜੀਆਂ ਟੈਕਸੀਆਂ ਨੇ ਅਲੱਗ ਅਲੱਗ ਸਾਰੇ ਪੂਰੇ ਹਿੰਦੁਸਤਾਨ ਦੇ ਵਿੱਚ, ਇਹ ਉਹ ਸੰਸਥਾ ਹੈ। ਇਹਦੀ ਜਿਹੜੀ ਪ੍ਰੈਜੀਡੈਂਟ ਦੀ ਚੋਣ ਹੈਗੀ ਆ 1936 ਤੋਂ ਲੈ ਕੇ ਅੱਜ ਤੱਕ 2 ਸਾਲ ਦੀ ਹੁੰਦੀ ਆ। ਕਿਤੇ ਵੀ ਇਹ ਨਹੀਂ ਹੋਇਆ ਵੀ ਕਿਤੇ ਇਹਨੇ ਕਿਸੇ ਨੇ ਕਬਜ਼ਾ ਕਰ ਲਿਆ। ਇਹਦੀ ਪ੍ਰਕਿਰਿਆ ਜਿਹੜੀ ਚੋਣ ਹੈ 5 ਮਹੀਨਿਆਂ ਦੇ ਵਿੱਚ ਪੂਰੀ ਹੁੰਦੀ ਆ, ਪੂਰੇ ਸਾਰੇ ਰਾਜਾਂ ਦੇ ਵਿੱਚੋਂ ਡੈਲੀਗੇਟ ਬਣਾ ਕੇ ਉਸ ਤੋਂ ਬਾਅਦ ਆ ਕੇ ਉਹਨਾਂ ਦੀਆਂ ਜਿਹੜੀਆਂ ਵੋਟਾਂ ਨੇ ਉਹ ਰਜਿਸਟਰਡ ਪਾਈਆਂ ਜਾਂਦੀਆਂ, ਅਧਿਕਾਰੀ ਨਿਯੁਕਤ ਕੀਤੇ ਜਾਂਦੇ ਆ। ਬਹੁਤ ਵੱਡਾ ਆਫਿਸ ਹੈਗਾ ਜਿਹੜਾ ਦਿੱਲੀ ਦੇ ਵਿੱਚ, ਉੱਥੇ ਪਾਇਆ ਜਾਂਦਾ। ਮਤਲਬ ਕਿ ਮੈਨੂੰ ਜਿਹੜਾ ਹੈਗਾ ਚੇਅਰਮੈਨ, ਮੈਂ ਉਹਦਾ ਐਡਵਾਈਜ਼ਰ ਹੈਗਾ ਜੀ, ਪਿਛਲੇ 2 ਸਾਲ ਤੋਂ ਨੈਸ਼ਨਲ ਐਡਵਾਈਜ਼ਰ ਹੈ। ਮੈਨੂੰ ਐਤਕੀ ਉਹਨਾਂ ਨੇ ਚੇਅਰਮੈਨ ਬਣਾਇਆ ਹੈਗਾ ਪੂਰੇ ਇੰਡੀਆ ਦਾ, ਟ੍ਰੈਫਿਕ ਅਤੇ ਆਰ ਟੀ ਓ ਦੇ ਜਿਹੜੇ ਮਸਲੇ ਹੈਗੇ ਆ ਪੂਰੇ ਇੰਡੀਆ ਲੈਵਲ ਦੇ, ਜਾਂ ਜਿਹਨੂੰ ਕੋਈ ਸ਼ਿਕਾਇਤਾਂ ਹੋਰ ਹੈ ਉਹਦੇ ਵਿੱਚ ਇਹਨਾਂ ਨੇ ਮੈਨੂੰ ਚੇਅਰਮੈਨ ਬਣਾਇਆ 2 ਸਾਲ ਵਾਸਤੇ। ਚਲੋ, ਮੈਂ ਇਸ ਅਹੁਦੇ 'ਤੇ ਪਹੁੰਚਣ ਵਾਸਤੇ ਮੈਂ ਸ਼ੁਰੂ ਤੋਂ ਲੈ ਕੇ ਤੁਸੀਂ ਦੇਖੋ ਵੀ ਮੈਂ ਟਰੱਕ ਆਪਰੇਟਰ, ਫਿਰ ਮੈਂ ਟਰੱਕ ਯੂਨੀਅਨ ਦਾ ਮੈਂਬਰ, ਫਿਰ ਮੈਂ ਪ੍ਰੈਜੀਡੈਂਟ, ਫਿਰ ਮੈਂ ਪੰਜਾਬ ਦਾ ਜਨਰਲ ਸੈਕਟਰੀ ਦੇ ਤੌਰ 'ਤੇ ਕੰਮ ਕੀਤਾ, ਫਿਰ ਉਸ ਤੋਂ ਬਾਅਦ ਮੈਂ ਵੈਲਫੇਅਰ ਐਸੋਸੀਏਸ਼ਨ ਜਿਹੜੀ ਇੰਡੀਆ ਦੀ ਆ ਉਹਦੇ ਵਿੱਚ ਵੀ ਮੈਂ ਸੈਕਟਰੀ ਦੇ ਤੌਰ 'ਤੇ ਕੰਮ ਕਰਿਆ, ਫਿਰ ਮੈਂ ਜਨਰਲ ਸੈਕਟਰੀ ਦੇ ਤੌਰ 'ਤੇ। ਹੌਲੀ 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 ਪੌੜੀ ਚੜ੍ਹਨ ਤੋਂ ਬਾਅਦ ਮੈਂ ਉੱਥੇ ਪਹੁੰਚਾਂਗਾ। ਖਾਸ ਗੱਲ ਇਹ ਹੈ ਕਿ ਇਹ 3 ਮਹੀਨਿਆਂ ਬਾਅਦ ਇੱਕ ਮੀਟਿੰਗ ਹੁੰਦੀ ਹੈ, ਇੱਕ ਹੁੰਦੀ ਆ ਹਰ ਮਹੀਨੇ ਮੀਟਿੰਗ, ਜਿਵੇਂ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮੈਂਬਰ ਆਉਂਦੇ ਆ ਅਲੱਗ ਅਲੱਗ ਰਾਜਾਂ ਤੋਂ, ਵਿਰੋਧ ਵੀ ਕਰਦੇ ਆ ਜਦੋਂ ਕੋਈ ਨਿਯੁਕਤੀ ਹੁੰਦੀ ਆ, ਕੋਈ ਪੂਰਾ ਜਿਹੜਾ ਸਿਸਟਮ ਹੈ ਉਹ ਇੱਕ ਮੀਟਿੰਗ ਦੇ ਵਿੱਚ ਲਿਆ ਜਾਂਦਾ। ਜੇ ਮੇਰੀ ਨਿਯੁਕਤੀ ਵੀ ਲਈ ਆ ਜਾਂ ਹੋਰ ਨਿਯੁਕਤੀਆਂ ਹੋਈਆਂ ਤਾਂ ਉਹ 6 ਘੰਟਿਆਂ ਦੇ ਵਿੱਚ ਮੀਟਿੰਗ ਚੱਲੀ, ਉਹਦੇ ਵਿੱਚ ਲਿਆ। ਔਰ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਕਿ ਇਸ ਮੀਟਿੰਗ ਦੇ ਵਿੱਚ ਜਿਹੜੀ 3 ਮਹੀਨਿਆਂ ਬਾਅਦ ਮੀਟਿੰਗ ਹੁੰਦੀ ਹੈ ਮੈਨੇਜਮੈਂਟ ਕਮੇਟੀ ਦੀ ਮੀਟਿੰਗ, ਉਹਦੇ ਵਿੱਚ ਅਸੀਂ ਜਿਹੜੇ 2 ਰਾਜਨੀਤਿਕ ਜਿਹੜੇ ਸਾਨੂੰ ਸਾਡੀ ਸੰਸਥਾ ਦੇ ਨਾਲ ਲਗਾ ਹੈ, ਉਹਨਾਂ ਅਸੀਂ ਮਤਲਬ ਕਿ ਨਵੈਟੀ ਸਪੈਸ਼ਲ ਨਵੈਟੀ ਬੁਲਾਉਣੀ ਹੈ। ਜਿਵੇਂ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਸੀਗਾ, ਇਹ ਬੀਜੇਪੀ ਦੇ ਜਿਹੜੇ ਇੱਥੇ ਪ੍ਰਧਾਨ ਰਹੇ ਨੇ, ਆਪਣੇ ਮਿਨਿਸਟਰ ਵੀ ਰਹੇ ਹੁਸ਼ਿਆਰਪੁਰ ਵਾਲੇ, ਆਪਣੇ ਸ਼ਾਂਪਲਾ ਜੀ ਹਾਂ ਸ਼ਾਂਪਲਾ ਜੀ, ਉਹ ਵੀ ਉੱਥੇ ਉਹਦੇ ਵਿੱਚ ਸੀਗੇ। ਉਹਨਾਂ ਨੇ 6 ਘੰਟੇ ਉੱਥੇ ਪੂਰਾ ਉਹਨਾਂ ਨੇ ਲਾਇਆ। ਇਹ ਰਾਜਨੀਤਿਕ ਸੰਸਥਾ ਨਹੀਂ, ਕਈ ਲੋਕ ਕਹਿੰਦੇ ਆ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ, ਕਾਂਗਰਸ ਦੀ ਨਹੀਂ ਹੈ ਇਹ, ਕਾਂਗਰਸ ਦਾ ਮਤਲਬ ਸੰਗਠਨ। ਜਦੋਂ ਇਹ 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 ਬਣੀ ਆ ਉਹਦੇ ਵਿੱਚ ਮੈਨੂੰ ਇਹ ਖੁਸ਼ੀ ਹੈ, ਮੈਨੂੰ ਸਾਡੇ ਸਾਥ ਦਾ ਮੈਂਬਰ, ਹਾਂ ਮੈਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਮੈਂ ਮੈਂਬਰ ਬਣਾਉਣੇ ਹੈ, ਜਿਹੜੇ ਆਪਰੇਟਰ ਹੈ ਅਹੁਦੇਦਾਰ ਬਣਾਉਣੇ ਆ, ਮਤਲਬ ਕਿ ਪੂਰੀ ਕਿ ਮੈਨੂੰ ਇਹਨਾਂ ਨੇ ਚੇਅਰਮੈਨ ਬਣਾਇਆ ਹੋਇਆ ਹੈਗਾ। ਬਿਲਕੁਲ ਬਿਲਕੁਲ। ਤਾਂ ਮੈਨੂੰ ਲੱਗਦਾ ਕਿ ਮੈਂ ਨਾ ਬੜਾ ਵੱਡਾ ਮਾਣ ਦਿੱਤਾ ਹੈ
ਅਤੇ ਕੋਸ਼ਿਸ਼ ਕਰੂੰਗਾ ਕਿ ਮੈਂ ਇਹਦੇ ਵਿੱਚ ਸਫਲ ਹੋਵਾਂ ਅਤੇ ਲੋਕਾਂ ਦੀਆਂ ਜਿਹੜੀਆਂ ਲੋਕਾਂ ਦੇ ਮਸਲੇ ਆ ਜਿਹੜੇ ਉਹ ਹੱਲ ਹੱਲ ਬਿਲਕੁਲ। ਦੇਖੋ ਤੁਸੀਂ ਤੁਸੀਂ ਜਿਹੜਾ ਪ੍ਰਧਾਨ ਚੇਅਰਮੈਨ ਬਣੇ ਹੋ, ਇਹ ਸਾਨੂੰ ਐਂ ਲੱਗਦਾ ਵੀ ਸਾਡੀ ਸਾਰੀ ਸਾਥੀ ਚੇਅਰਮੈਨ ਬਣ ਗਏ। ਅਮੀਰ ਜੀ ਕੁਝ ਕਹਿਣਾ ਚਾਹੁੰਦੇ ਨੇ? ਹਾਂਜੀ, ਪਹਿਲਾਂ ਢਿੱਲ ਸਾਹਿਬ, ਪਹਿਲਾਂ ਤਾਂ ਵੋਟਰ ਸਾਹਿਬ ਨੂੰ ਸਾਡੇ ਵੱਲੋਂ ਲੱਖ ਲੱਖ ਮੁਬਾਰਕਾਂ। ਜਿੱਥੇ ਵੋਟਰ ਸਾਹਿਬ ਲਈ ਬੜੇ ਮਾਣ ਦੀ ਗੱਲ ਆ, ਉੱਥੇ ਸਾਡੇ ਬਠਿੰਡੇ ਸ਼ਹਿਰ ਲਈ, ਸਾਡੇ ਲਈ ਅਤੇ ਸਾਡੀ ਸਾਰੀ ਸੱਥ ਲਈ ਅਤੇ ਸਾਡੇ ਸਾਰਿਆਂ ਲਈ ਬੜੀ ਮਾਣ ਦੀ ਗੱਲ ਆ। ਅਸੀਂ ਜਿੱਥੇ ਮੈਂ ਆਪਦੇ ਵੱਲੋਂ, ਆਪਦੀ ਪਾਰਟੀ ਵੱਲੋਂ ਅਤੇ ਆਪਣੀ ਸਾਡੀ ਸਾਰੀ ਸੱਥ ਵੱਲੋਂ ਵੋਟਰ ਸਾਹਿਬ ਨੂੰ ਲੱਖ ਲੱਖ ਮੁਬਾਰਕਾਂ। ਵੋਟਰ ਸਾਹਿਬ ਖਾਸ ਕਰਕੇ ਟਰਾਂਸਪੋਰਟਰ ਦੇ ਵਿੱਚ ਅਤੇ ਸ਼ਹਿਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਨੇ ਅਤੇ ਹੁਣ ਇਹਨਾਂ ਨੂੰ ਉਦੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਿਆ ਆਲ ਇੰਡੀਆ ਲੈਵਲ 'ਤੇ। ਅਤੇ ਅਸੀਂ ਕਾਮਨਾ ਕਰਦੇ ਹਾਂ, ਪਹਿਲਾਂ ਤਾਂ ਵਧਾਈਆਂ ਦਿੰਦੇ ਹਾਂ ਕਿ ਇਹ ਆਪਣੀ ਇਹ ਜ਼ਿੰਮੇਦਾਰੀ ਜੋ ਮਿਲੀ ਹੈ, ਇਹਨਾਂ ਨੂੰ ਸੇਵਾ ਨਿਭਾਉਣ ਦਾ ਮੌਕਾ ਮਿਲਿਆ, ਇਸ ਨੂੰ ਤਨ ਮਨ ਧਨ ਨਾਲ ਅਤੇ ਸਾਰਿਆਂ ਦਾ ਸਹਿਯੋਗ ਨਾਲ ਜਿਵੇਂ ਪਹਿਲਾਂ ਇਹ ਸੇਵਾ ਕਰਦੇ ਆਏ ਨੇ ਟਰਾਂਸਪੋਰਟਰਾਂ ਦੀਆਂ ਅਤੇ ਸ਼ਹਿਰ ਦੀਆਂ ਆਪਣੇ ਕਾਂਗਰਸ ਪਾਰਟੀ ਦੀਆਂ, ਇੱਦਾਂ ਹੀ ਇਹ ਮਤਲਬ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣ, ਜ਼ਿੰਮੇਵਾਰੀਆਂ ਦੇ ਨਿਭਾਉਂਦੇ ਰਹਿਣ, ਇਹਨਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈ ਹੈ। ਅਤੇ ਸਾਡੀ ਸੱਥ ਨੂੰ ਦਿੱਲੀ ਤੋਂ ਆਇਆ ਤਾਂ ਬਹੁਤ ਵਧੀਆ ਗੱਲ ਹੈ, ਸਾਡੇ ਲਈ ਮਾਣ ਦੀ ਗੱਲ ਹੈ ਕਿਉਂਕਿ ਗੱਲ ਫਿਰ ਉੱਥੇ ਆ ਗਈ ਵੀ ਵੋਟਰ ਸਾਹਿਬ ਜੇ ਬਣੇ ਨੇ ਤਾਂ ਸਾਨੂੰ ਇਹ ਲੱਗਦਾ ਵੀ ਅਸੀਂ ਸਾਰੇ ਸੱਥ ਦੇ ਮੈਂਬਰ ਹਾਂ ਜਿਹੜੇ ਉਹ ਅਸੀਂ ਚੇਅਰਮੈਨ ਬਣ ਗਏ ਹਾਂ। ਅਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਅਤੇ ਸਾਡਾ ਫਰਜ਼ ਇਹ ਬਣਦਾ ਵੀ ਅਸੀਂ ਵੋਟਰ ਸਾਹਿਬ ਦਾ ਭਾਵੇਂ ਬਰਫੀ ਇਹ ਆਪ ਲੈ ਕੇ ਆਏ ਨੇ ਪਰ ਮੂੰਹ ਮਿੱਠਾ ਅਸੀਂ ਜ਼ਰੂਰ ਕਰਾਉਣਾ। ਨਹੀਂ ਉਹ ਕਿਹਾ ਸੀਗਾ ਜੀ ਅਸੀਂ ਵੋਟਰ ਸਾਹਿਬ ਆਪ ਨੇ ਲੈ ਕੇ ਉਹ ਸਾਰਿਆਂ ਨੇ ਕਿਹਾ ਸੀ ਸੱਥ ਬੰਨਿਓ ਵੀ ਵੋਟਰ ਸਾਹਿਬ ਵੀ ਆਪਾਂ ਇੱਥੇ ਹਾਂ ਖਾਲੀ ਹੱਥ ਨਾ ਆਇਓ। ਵੋਟਰ ਸਾਹਿਬ ਲੇਟ ਆਏ ਅਸੀਂ ਸਾਰੇ ਪਹਿਲਾਂ ਪਹੁੰਚ ਗਏ ਸੀ। ਕਿਆ ਬਾਤ ਹੈ, ਲੱਡੂ ਲੈ ਕੇ ਨੇ, ਕਮਾਲ ਦੀ ਗੱਲ ਹੈ। ਵੋਟਰ ਸਾਹਿਬ ਇਸ 'ਚ ਕੋਈ ਸ਼ੱਕ ਨਹੀਂ, ਤੁਸੀਂ ਵਧਾਈ ਦੇ ਪਾਤਰੋਂ, ਪਹਿਲਾਂ ਤੁਹਾਡਾ ਮੂੰਹ ਮਿੱਠਾ ਕਰਾ ਦਈਏ ਅਸੀਂ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਮੁਬਾਰਕਾਂ ਜੀ।